ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਅਸੀਂ ਮੁਹਾਲੀ ਦੇ ਪਿੰਡ ਕੜੂਆ ਦੇ ਵਿੱਚ ਪੁੱਜੇ ਹੋਏ ਹਾਂ ਤੇ ਜਿਵੇਂ ਸਰਕਾਰੀ ਦਾਅਵੇ ਕਹਿੰਦੇ ਨੇ ਕਿ ਵਿਕਾਸ ਕੀਤਾ ਜਾ ਰਿਹਾ ਹੈ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਸ਼ਹਿਰਾਂ ਦੇ ਵਿੱਚ ਵਿਕਾਸ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਪਿੰਡਾਂ ਦੇ ਵਿੱਚ ਵਿਕਾਸ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਅਸਲ ਮਾਇਨੇ ਦੇ ਵਿੱਚ ਲੋਕ ਵਿਕਾਸ ਕਿਹਨੂੰ ਕਹਿੰਦੇ ਨੇ ਤੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਵਿਕਾਸ ਹੋ ਰਿਹਾ ਹੈ ਜਾਂ ਫਿਰ ਸਿਰਫ ਤੋਂ ਸਿਰਫ ਸਰਕਾਰ ਲਾਰੇ ਲਾ ਰਹੀ ਹੈ ਤੇ ਪਿੰਡ ਵਾਸੀ ਮੌਜੂਦ ਨੇ ਜਾਣਦੇ ਆ ਕਿ ਪਿੰਡ ਦੇ ਵਿੱਚ ਕਿੰਨਾ ਵਿਕਾਸ ਹੋਇਆ ਹੈ ਤੇ ਉਹ ਵਿਕਾਸ ਨੂੰ ਲੈ ਕੇ ਕੀ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਕਰਨੈਲ ਸਿੰਘ ਅੱਛਾ ਕਰਨੈਲ ਸਿੰਘ ਜੀ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਤੁਹਾਡੇ ਇਸ ਪਿੰਡ ਦੇ ਵਿੱਚ ਕੜੂਵਾਂ ਦੇ ਵਿੱਚ ਕਿੰਨਾ ਕੋਈ ਵਿਕਾਸ ਹੋਇਆ ਹੈਗਾ ਹੈ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਨੇ ਜਾਂ ਅਜੇ ਵੀ ਦਿੱਕਤਾਂ ਦੱਸਣਾ ਕਰਨਾ ਪੈ ਰਿਹਾ ਬਾਈ ਸਾਡੇ ਹਲੇ ਕੋਈ ਵਿਕਾਸ ਨਹੀਂ ਹੋਇਆ ਕੋਈ ਵਿਕਾਸ ਨਹੀਂ ਆ ਦੇਖ ਲਓ ਹੁਣ ਤੁਸੀਂ ਅਕਤੂਬਰ ਟੁੱਟਿਆ ਵਾ ਉੱਥੇ ਨਹੀਂ ਹੋਇਆ ਕੋਈ ਪ੍ਰਕਾਸ਼ ਨਹੀਂ ਹੋਇਆ ਪਰ ਜਦੋਂ ਸਰਕਾਰੀ ਦਾਅਵੇ ਹੁੰਦੇ ਨੇ ਸਰਕਾਰਾਂ ਕਹਿੰਦੀਆਂ ਹੈਗੀਆਂ ਨੇ ਚਾਹੇ ਕੇਂਦਰ ਸਰਕਾਰ ਕਹਿੰਦੀ ਹੋਵੇ ਚਾਹੇ ਪੰਜਾਬ ਸਰਕਾਰ ਵਿਕਾਸ ਨੂੰ ਲੈ ਕੇ ਵੋਟਾਂ ਇਕੱਠੀਆਂ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਕਈ ਚੀਜ਼ਾਂ ਗਣਾਈਆਂ ਜਾਂਦੀਆਂ ਨੇ ਕਿ ਪਿੰਡਾਂ ਦੇ ਵਿੱਚ ਸੜਕਾਂ ਜਿਹੜੀਆਂ ਐ ਗਲੀਆਂ ਨਾਲੀਆਂ ਪੱਕੀਆਂ ਕਰਵਾ ਦਿੱਤੀਆਂ ਨੇ ਪਿੰਡਾਂ ਦੇ ਵਿੱਚ ਸਿਹਤ ਸਹੂਲਤਾਂ ਨੇ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਨੇ ਸਿੱਖਿਆ ਦੀ ਗੱਲ ਕੀਤੀ ਜਾਂਦੀ ਹੈ ਅਸਲ ਮਾਇਨੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਦੀ ਘਾਟ ਹੈ ਜਾਂ ਫਿਰ ਕਿਹੜੀਆਂ-ਕਿਹੜੀਆਂ ਸਹੂਲਤਾਂ ਹੈਗੀਆਂ ਨੇ ਸਾਡੇ ਸਰਕਾਰੀ ਹਸਪਤਾਲ ਦੀ ਸਹੂਲਤ ਹੈਗੀ ਹੈ ਹੈਗੀ ਹਮ ਸਕੂਲ ਦੀ ਸਹੂਲਤ ਹੈਗੀ ਬਾ ਪਿੰਡ ਦਾ ਨਲੀਆਂ ਗਾਲੀਆਂ ਦਾ ਬਹੁਤ ਕਾਸ ਪਰ ਸਹੂਲਤ ਤਾਂ ਹੈਗੀ ਹੈ ਪਰ ਜਿਸ ਤਰ੍ਹਾਂ ਦੇ ਸ਼ਹਿਰਾਂ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਸਕੂਲ ਹੁੰਦੇ ਹੈਗੇ ਨੇ ਜਿਸ ਤਰ੍ਹਾਂ ਦਾ ਪ੍ਰਬੰਧ ਹੈਗਾ ਏ ਉਸ ਤਰ੍ਹਾਂ ਦਾ ਉਸ ਸਹੂਲਤਾਂ ਹੈਗੀਆਂ ਨੇ ਸਰਕਾਰ ਦੇ ਵੱਲ ਦਿੱਤੀਆਂ ਹੋਈਆਂ ਨਹੀਂ ਉਹ ਨਹੀਂ ਕੋਈ ਉਹ ਸੁਲਤਾਨੀ ਹੈ ਉਹ ਤਾਂ ਵੋਟਾਂ ਦੇਣ ਮਾਰੇ ਕਾਲੀ ਕਹੇ ਦਿੰਦੇ ਨੇ ਕਾਂਗਰਸ ਕਹੇ ਦਿੰਦੀ ਹੂੰ ਕੋਈ ਇਹ ਆਪਣੀਆਂ ਵੋਟਾਂ ਖਾਤਰ ਫਿਰਦੀਆਂ ਕੋਈ ਹੁਣ 2.5 ਸਾਲ ਲੱਗ ਗਏ ਕੁਛ ਨਹੀਂ ਬਥੇ ਅੱਛਾ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਹੈਗਾ ਹਾਂ ਕੋਈ ਵਿਕਾਸ ਨਹੀਂ ਕਿਹੜੀ ਕਿਹੜੀ ਦਿੱਕਤ ਹੈਗੀ ਹੈ ਪਿੰਡ ਦੇ ਗਲੀਆਂ ਨਾਲੀਆਂ ਦੀ ਦਿੱਕਤ ਹੈ ਹਾਂ ਅੱਛਾ ਸੀਵਰੇਜ ਹੈਗੀ ਤੁਹਾਡੇ ਪਿੰਡ ਦੇ ਵਿੱਚ ਸੀਵਰੇਜ ਨਹੀਂ ਹੈ ਸਭ ਤੋਂ ਵੱਡੀ ਸੀਵਰੇਜ ਦੀ ਜੀ ਜੀ ਬਹੁਤ ਬਹੁਤ ਧੰਨਵਾਦ ਜਾਣ ਲੈਂਦੇ ਆ ਕਿਹੜੀਆਂ ਕਿਹੜੀਆਂ ਦਿੱਕਤਾਂ ਨੇ ਜੀ ਵਿਕਾਸ ਨਹੀਂ ਹੈ ਅੱਛਾ ਪਾਣੀ ਦਾ ਨਿਕਾਸ ਬਹੁਤ ਕੋਈ ਨਿਕਾਸ ਨਹੀਂ ਹਾਂ ਹਸਪਤਾਲ ਵੀ ਸਾਡਾ ਚੌਂਦਾ ਚਲੋ ਡਾਕਟਰ ਵਧੀਆ ਹੈ ਪਰ ਉੱਥੇ ਆਪਣਾ ਮਾਛੀ ਪਰ ਰੋਡ 4-5 ਪਿੰਡਾਂ ਦਾ ਸੰਪਰਕ ਟੁੱਟਿਆ ਹੋਇਆ ਕੋਈ ਸੰਪਰਕ ਨਹੀਂ ਉਹਨਾਂ ਗੱਲ ਅੱਛਾ ਫਿਰ ਪ੍ਰਸ਼ਾਸਨ ਕੀ ਕਹਿੰਦਾ ਦਾਅਵੇ ਕਰਨ ਲਈ ਤਾਂ ਪ੍ਰਸ਼ਾਸਨ ਜਾਂ ਵੋਟਾਂ ਲੈਣ ਲਈ ਤਾਂ ਪਹੁੰਚ ਜਾਂਦਾ ਹੁਣ ਜਦੋਂ ਦਿੱਕਤਾਂ ਆਈਆਂ ਨੇ ਤਾਂ ਪੁੱਜਿਆ ਪ੍ਰਸ਼ਾਸਨ ਜਾਂ ਸਰਕਾਰ ਕੋਈ ਪੁੱਜੀ ਕੋਈ ਨਹੀਂ ਪੁੱਜਿਆ ਸਾਡੇ ਕਣਕ ਜਲ ਗਈ ਕਿਸੇ ਨੇ ਨਹੀਂ ਪੁੱਛੇ ਜੀ ਹਾਂ ਕੰਨੋਗੋ ਵਾਲਿਆ ਤਹਿਸੀਲਦਾਰ ਆ ਲਿਆ ਖੁਦ ਮੇਰੀ 5.5 ਕਿਲੇ ਜਾਣੇ ਆ ਕਿਸੇ ਨੇ ਪੈਸਾ ਨਹੀਂ ਦਿੱਤਾ ਪਰ ਗਰੀਡਰ ਤੇ ਅੱਗ ਲੱਗੀ ਹਾਂ ਕੋਈ ਆ ਕੇ ਨਹੀਂ ਖੜਿਆ ਚੰਨੀ ਮੰਤਰੀ ਸਾਹਿਬ ਆਏ ਚਲੋ ਉੱਥੇ ਫੇਟਮਾ ਪਰ ਕੋਈ ਸਾਨੂੰ ਕੋਈ ਸੋਤ ਨਹੀਂ ਲੋਕਾਂ ਨੇ ਭਾਈਚਾਰੇ ਨੇ ਸਾਡੀ ਹਮਦਰਦੀ કરી ਉਹਨਾਂ ਨੇ ਟੂੜੀ ਦਿੱਤੇ ਦਾਣਾ ਦਿੱਤਾ ਪੈਸੇ ਦਿੱਤੇ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਅਚਾ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਸਰਕਾਰ ਤਾਂ ਕਹਿੰਦੀ ਹੈ ਕਿ ਸਹੂਲਤਾਂ ਦੇਣੇ ਨੂੰ ਵਿਕਾਸ ਕਿਹਾ ਜਾਂਦਾ ਹੈ ਗਲੀਆਂ ਸੜਕਾਂ ਪੱਕੀਆਂ ਕਰਨ ਨੂੰ ਵਿਕਾਸ ਕਿਹਾ ਜਾਂਦਾ ਹੈ ਤੁਹਾਡੀ ਨਜ਼ਰ ਦੇ ਵਿੱਚ ਵਿਕਾਸ ਕੀ ਹੈ ਨਹੀਂ ਕੋਈ ਵਿਕਾਸ ਨਹੀਂ ਸਟੇਜਾਂ ਸੀਆਂ ਬਕਾਇਆ ਹੈ ਜਾਂ ਵੋਟ ਲੈਣੀਆਂ ਸਟੇਜ ਪਰੇ ਵਿਕਾਸ ਹੈ ਇਹਨਾਂ ਦਾ ਪਿੰਡਾਂ 'ਚ ਕੋਈ ਵਿਕਾਸ ਜੀ ਕਿੰਨੇ ਕਿਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਰਫ ਵੋਟਾਂ ਇਕੱਠੀਆਂ ਕਰਨ ਦੇ ਲਈ ਵਿਕਾਸ ਹੈ ਸਟੇਜਾਂ ਦੇ ਉੱਤੇ ਵਿਕਾਸ ਹੈ ਪਰ ਅਸਲ ਮਾਇਨੇ ਦੇ ਵਿੱਚ ਵਿਕਾਸ ਕਿਤੇ ਨਜ਼ਰ ਨਹੀਂ ਆ ਰਿਹਾ ਹੋਰ ਪਿੰਡ ਵਾਸੀ ਮੌਜੂਦ ਨੇ ਜਾਣਦੇ ਆ ਕਿ ਵਿਕਾਸ ਕੀ ਹੈ ਤੇ ਇੱਕ ਪਿੰਡ ਦੇ ਵਿੱਚ ਵਿਕਾਸ ਕਿੰਨਾ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤਵੀਰ ਸਿੰਘ ਆ ਜੀ ਅੱਛਾ ਸਤਵੀਰ ਸਿੰਘ ਜੀ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਸਿਆਸਤ ਵਿਕਾਸ ਨੂੰ ਕਹਿੰਦੀ ਹੈ ਜਿਵੇਂ ਪਿੰਡਾਂ ਦੇ ਵਿੱਚ ਗਲੀਆਂ ਸੜਕਾਂ ਪੱਕੀਆਂ ਕਰਵਾਉਣੀਆਂ ਜਾਂ ਹੋਰ ਤਰੀਕੇ ਦਾ ਵਿਕਾਸ ਹੈ ਅਸਲ ਮਾਇਨੇ ਦੇ ਵਿੱਚ ਤੁਹਾਡੀ ਨਜ਼ਰ ਦੇ ਵਿੱਚ ਵਿਕਾਸ ਕੀ ਹੈ ਵਿਕਾਸ ਤਾਂ ਉਹਨੂੰ ਹੀ ਕਹ ਰਹੇ ਵੀ ਜੇ ਮਤਲਬ ਸਾਰੇ ਪਿੰਡ ਦਾ ਕੰਮ ਜੇ ਸਾਨੂੰ ਦਿਖਦਾ ਹੋਵੇ ਵੀ ਕਰਾਇਆ ਹੋਇਆ ਇੱਥੇ ਕੋਈ ਕੰਮ ਨਹੀਂ ਕਰਾਇਆ ਕਿਸੇ ਗਵਰਨਮੈਂਟ ਨੇ ਕਰਾਇਆ ਇੱਥੇ ਤਾਂ ਪੰਚਾਇਤ ਦੀ ਵੀ ਆਪ ਚ ਨਹੀਂ ਬਣਦੀ ਸਰਪੰਚ ਕਿਧਰੇ ਨੂੰ ਜਾਂਦਾ ਪੰਚ ਕਿਧਰੇ ਨੂੰ ਜਾਂਦਾ ਉਹ ਵੀ ਨਹੀਂ ਕਰਾਉਂਦੇ ਮਤਲਬ ਜੇ ਪੈਸੇ ਮਤਲਬ ਆਉਣੇ ਵੀ ਹੁੰਦੇ ਉਹ ਵੀ ਨਹੀਂ ਆ ਰਹੇ ਕਿਧਰੇ ਤੇ ਅੱਛਾ ਆ ਮੈਂ ਪਿੱਛੇ ਦੇਖ ਰਿਹਾ ਇੱਕ ਇਹ ਹੈਕੀ ਹੈ ਇਹ ਜੇ ਟੁੱਬਾ ਹੈਗਾ ਪਿੰਡ ਦਾ ਇਹ ਪੁਰਾਣਾ ਹੈ ਇਹ ਪੁਰਾਣਾ ਇਤਿਹਾਸ ਕੌਰੋਂਪਾਂਡਾ ਦੇ ਟਾਈਮ ਦਾ ਹੈ ਅੱਛਾ ਕੀ ਮਤਲਬ ਕਾ ਟੁੱਬਾ ਹੈ ਇਹ ਇਧਰ ਲਈ ਸਫਾਈ ਸਫਾਈ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੈ ਕਿ ਕਿਸ ਤਰ੍ਹਾਂ ਦੀ ਸੁ ਸਰਕਾਰ ਤਾਂ ਕੋਈ ਨਹੀਂ ਦੀ ਪੰਚਾਇਤ ਆਪਣੇ ਕੋਲੋਂ ਮਾੜਾ ਮੋਟਾ ਕਰਾ ਦਿੰਦੀ ਹੈ ਜਿਵੇਂ ਤਵਾਰਦਪੁਰ ਹੋਈ ਹੈ ਕਹਿ ਕੇ ਚਲੇ ਜਾਂਦੇ ਹਨ ਮਨਿਸਟਰ ਵਗੈਰਾ ਵੀ ਅਸੀਂ ਦੇ ਦਾਂਗੇ 10 ਲੱਖ 20 ਲੱਖ ਹੋ ਵੀ ਬਾਕੀ ਦਾ ਕੰਮ ਕਰਨ ਨੂੰ ਆਇਆ ਕੋਈ ਨਹੀਂ ਇੱਥੇ ਪੈਸਾ ਵੇਚ ਅੱਛਾ ਮੈਂ ਸੁਣਿਆ ਕਿ ਪਿੰਡਾਂ ਦੇ ਵਿੱਚ ਟੋਬੇ ਪੱਕੇ ਕਰਵਾਉਣ ਦੇ ਲਈ ਵੀ ਗ੍ਰਾਂਟਾਂ ਆ ਰਹੀਆਂ ਨੇ ਜਾਂ ਕਿਸ ਤਰ੍ਹਾਂ ਇਸ ਨੂੰ ਜਾਂ ਇਸ ਦੀ ਸਫਾਈ ਸਵੈ ਲਈ ਪ੍ਰਬੰਧ ਕਰਨ ਦੇ ਲਈ ਜਾਂ ਹੋਰ ਵੀ ਵਿਧਾਏ ਵਿਕਾਸ ਕਰਨ ਦੇ ਲਈ ਕੋਈ ਗ੍ਰਾਂਟ ਵਗੈਰਾ ਜਾਂ ਕਿਸ ਤਰ੍ਹਾਂ ਦਾ ਨਹੀਂ ਗ੍ਰਾਂਟ ਅਸੀਂ ਤਾਂ ਸੁਣਿਆ ਨਹੀਂ ਜਿਹੜੀ ਜਾਂ ਮੱਛੀ ਵਗੈਰਾ ਵਾਲੇ ਨੂੰ ਠੇਕਾ ਨਹੀਂ ਦਿੰਦੇ ਉਹ ਪੈਸੇ ਵਗੈਰਾ ਆਉਂਦੇ ਉਹੀ ਲਾ ਟੋਬੇ ਤੇ ਲੱਗੇ ਆ ਬਾਕੀ ਕੋਈ ਪੈਸੇ ਨਹੀਂ ਅੱਛਾ ਕਿਹੜੀਆਂ ਕਿਹੜੀਆਂ ਦਿੱਕਤਾਂ ਨੇ ਪਿੰਡ ਦੇ ਵਿੱਚ ਜਾਂ ਕਿਸ ਤਰ੍ਹਾਂ ਦਾ ਵਿਕਾਸ ਨੂੰ ਲੈ ਕੇ ਹਜੇ ਵੀ ਘਾਟ ਹੈਗੀ ਆ ਪਰ ਸਰਕਾਰੀ ਦਾਅਵੇ ਕੁਝ ਹੋਰ ਕਹਿੰਦੇ ਨੇ ਬਸ ਹਉਤੇ ਬੜੀ ਕਾੜ ਦਾ ਸੀਵਰੇਜ ਦੇ ਤੁਸੀਂ ਜਾ ਕੇ ਦੇਖੋ ਅੱਧਾ ਪਾਣੀ ਦਾ ਪਿੰਡ ਜੇ ਕਿਤੇ ਕਿਤੇ ਨਾ ਕਿਤੇ ਵੜ ਜਾਂਦਾ ਨੀਵੀਂ ਆ ਜਗਾ ਚ ਬਾਕੀ ਜਾ ਕੇ ਨਾ ਪਿੰਡ ਤੋਂ ਜਿਹੜੇ ਨਾਲ ਦੇ ਪਿੰਡਾਂ ਨੂੰ ਸੜਕ ਜਾਂਦੀ ਹੈ ਉਹ ਸੜਕ ਬਿਲਕੁਲ ਇਹ ਪਾਣੀ ਨੇ ਪਿੰਡ ਦੇ ਨੇ ਜਾ ਕੇ ਤੋੜਦੀ ਸਾਰੀ ਮਤਲਬ ਹਾਂ ਉਧਰੋਂ ਨਿਆਣੇ ਪੜਨ ਲਾਉਂਦੇ ਨੇ ਨਾ ਸਕੂਲ ਚ ਹੋਰ ਪਿੰਡਾਂ ਦੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਮਤਲਬ ਟੋਬਾ ਹੀ ਬਣਿਆ ਖੜਾ ਸੜਕ ਦਾ ਦਾ ਰਸਤੇ ਦੇ ਵਿੱਚ ਅਜੇ ਮੈਂ ਦੂਜੀ ਗੱਲ ਕਰਾਂ ਤਾਂ ਹੁਣ ਬਰਸਾਤ ਦਾ ਸੀਜ਼ਨ ਹੈਗਾ ਫਿਰ ਜਦੋਂ ਨਿਕਾਸ ਨਹੀਂ ਹੈਗਾ ਪਾਣੀ ਦਾ ਆਉਣ ਜਾਣ ਦੇ ਲਈ ਗਲੀਆਂ ਸੜਕਾਂ ਦੇ ਉੱਤੇ ਵੀ ਪ੍ਰਬੰਧ ਨਹੀਂ ਹੈਗੇ ਨਾਲੀਆਂ ਦੇ ਵਿੱਚ ਵੀ ਸਫਾਈ ਸਾਫ ਸਫਾਈ ਦੇ ਪ੍ਰਬੰਧ ਨਹੀਂ ਹੈਗੇ ਫਿਰ ਉਦੋਂ ਹਾਲਾਤ ਕੀ ਬਣਦੇ ਨੇ ਬਾਜੀ ਹਾਲਾਤ ਕੀ ਔਖਾ ਹੋ ਜਾਂਦਾ ਜਿੱਦਾਂ ਹੁਣ ਪਿੰਡਾਂ ਵਾਲੇ ਤਾਂ ਹਿਲ ਜਾਂਦੇ ਉਦਾਂ ਹੀ ਗੰਨੇ ਗੁੰਦੇ ਪਾਣੀ ਜਨੂੰ ਨਿਕਲ ਜਾਂਦੇ ਬਾਕੀ ਉਹ ਉਹ ਹੀ ਦੱਸ ਕੇ ਹਟਿਆ ਵੀ ਉਹ ਸਾਈਕਲ ਸੁਕਲ ਲੈ ਕੇ ਆਉਂਦੀਆਂ ਨਾ ਉਹ ਸਾਈਕਲ ਣਕਾਉਣ ਜੋਗੀਆਂ ਵੀ ਨਹੀਂ ਹੈਗੀਆਂ ਉਹ ਲੜਕੀਆਂ ਜਿਹੜੀਆਂ ਪੜ੍ਹਨਾ ਆਉਂਦੀਆਂ ਬਾਹਰੋਂ ਬਹੁਤ ਬਹੁਤ ਅਨੁਵਾਦ ਕੁਝ ਹੋਰ ਪਿੰਡ ਵਾਸੀ ਵੀ ਮੌਜੂਦ ਨੇ ਜਾਣਦੇ ਆ ਕਿ ਵਿਕਾਸ ਨੂੰ ਲੈ ਕੇ ਜਾਂ ਪਿੰਡ ਦੇ ਵਿੱਚ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਹੈਗੀਆਂ ਨੇ ਤੇ ਉਹਨਾਂ ਸੁਵਿਧਾਵਾਂ ਨੂੰ ਲੈ ਕੇ ਪਿੰਡ ਵਾਸੀ ਕੀ ਸੋਚਦੇ ਨੇ ਸਸਿਕਾਲ ਜੀ ਕੀ ਕਹਿਣਾ ਦੱਸ ਅੱਛਾ ਜੇਕਰ ਪਿੰਡ ਦੇ ਵਿੱਚ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਵਿਕਾਸ ਹੈਗਾ ਤੁਹਾਡੇ ਪਿੰਡ ਦੇ ਵਿੱਚ ਪਾਣੀ ਦੀ ਕਰੋ ਜੀ ਪਹਿਲਾਂ ਪਾਣੀ ਮੱਛੀਪੁਰਾਏ ਰੋਡ ਪਰ ਪਾਣੀ ਚੱਲਦਾ ਸਕੂਲ ਦੇ ਬੱਚੇ ਬਹੁਤ ਤੰਗ ਹੈ ਕੱਪੜੇ ਲਿਬੜਿਆਂ ਨਾਲ ਵਰਦਿਆਂ ਲਿਬੜ ਜਾਂ ਨਹੀਂ ਉਹਨਾਂ ਦੀਆਂ ਬੁਰੇ ਹਾਲ ਹੋ ਜਾਂਦੇ ਆ ਹੂੰ ਗੋਡੇ-ਗੋਡੇ ਟੋਏ ਪਏ ਹੋਏ ਆ ਕੋਈ ਪਾਣੀ ਦਾ ਹੋਣੀ ਪ੍ਰਕਾਸ਼ ਨਹੀਂ ਕਰਿਆ ਕਿਹਰੇ ਪਾਸੇ ਨੂੰ ਅੱਛਾ ਸਕੂਲ ਦੇ ਵਿੱਚ ਤੇ ਕਰ ਪਿੰਡ ਦੇ ਵਿੱਚ ਸਕੂਲ ਦੀ ਗੱਲ ਕੀਤੀ ਜਾਵੇ ਸਿਹਤ ਸਹੂਲਤਾਂ ਦੇ ਲਈ ਹਸਪਤਾਲ ਜਾਂ ਡਿਸਪੈਂਸਰੀ ਦੀ ਗੱਲ ਕੀਤੀ ਜਾਵੇ ਉਹ ਬਣੇ ਹੈਗੇ ਨੇ ਕਿ ਅਜੇ ਵੀ ਦਿੱਕਤਾਂ ਦਾ ਜਿਹੜਾ ਵਿਕਾਸ ਆਏ ਉਹ ਵੀ ਡਾਵਾ ਡੋਲ ਹੋਇਆ ਹੈਗਾ ਮੈਂ ਕੀਤਾ ਹੋਰ ਹਸਪਤਾਲ ਆ ਸਾਰੇ ਰਹਿਸ਼ੀ ਕਮਰੇ ਚੋ ਰਹੇ ਆ ਜੇ ਮੀਂਹ ਜਾਰਾ ਪੈਂਦਾ ਬਾਹਰ ਬੈਠਦੇ ਸਾਰੇ ਮੁਲਾਜ਼ਮ ਜਿਹੜੇ ਉੱਥੇ ਕਾਗਜ ਭਿੱਜੇ ਜਾਂਦੇ ਆ ਅਚਾ ਕਿਸ ਤਰ੍ਹਾਂ ਦਾ ਵਿਕਾਸ ਚਾਹੁੰਦੇ ਹੋ ਤੁਸੀਂ ਪਿੰਡ ਦੇ ਵਿੱਚ ਜਾਂ ਤੁਸੀਂ ਵਿਕਾਸ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਆ ਕਿ ਵੀ ਇਹ ਵਿਕਾਸ ਹੁੰਦਾ ਹੈਗਾ ਇਸ ਤਰ੍ਹਾਂ ਹੋਣਾ ਚਾਹੀਦਾ ਹਰ ਬਤਾਵ ਚ ਕਮਰੇ ਵਧੀਆ ਬਣਨੇ ਚਾਹੀਦੇ ਆ ਛਟਾਪ ਨੂੰ ਮੜਾ ਮੋਟਾ ਹੋਵੇ ਸਹੂਲਤ ਹੋਵੇ ਤੇਰਾ ਬਹੁਤ ਬੁਰੀ ਹਾਲਤ ਹੈ ਖੱਬਲ ਖੜਾ ਹੈ ਉੱਥੇ ਕੋਈ ਸਫਾਈ ਨਹੀਂ ਇਹ ਬਹੁਤ-ਬਹੁਤ ਧੰਨਵਾਦ ਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਕਿਤਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਸਿਰਫ ਸਿਰਫ ਸਟੇਜਾਂ ਦੇ ਉੱਤੇ ਖੜਕੇ ਬੋਲਣ ਦੇ ਨਾਲ ਵਿਕਾਸ ਨਹੀਂ ਹੁੰਦਾ ਵਿਕਾਸ ਹੁੰਦਾ ਹੈ ਅਸਲ ਮਾਇਨੇ ਦੇ ਵਿੱਚ ਧਰਾਤਲ ਦੇ ਉੱਤੇ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਤੇ ਸਾਰੀਆਂ ਸੁਵਿਧਾਵਾਂ ਦੇਣ ਤੋਂ ਬਾਅਦ ਹੀ ਅਸਲ ਮਾਇਨੇ ਦੇ ਵਿੱਚ ਵਿਕਾਸ ਹੁੰਦਾ ਹੈ ਮੁਸ਼ਕਲਾਂ ਬਹੁਤ ਨੇ ਪਰ ਇਹਨਾਂ ਦੇ ਹੱਲ ਵੀ ਪਿੰਡ ਵਾਸੀ ਚਾਹੁੰਦੇ ਨੇ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਆਪਰੇ ਇੱਕ ਤਬਾਦ ਕੁਝ ਨੌਜਵਾਨ ਮੌਜੂਦ ਨੇ ਜਾਣਦੇ ਆ ਕਿ ਜਿਸ ਤਰ੍ਹਾਂ ਸਰਕਾਰ ਦਾਅਵੇ ਕਰਦੀਆਂ ਨੇ ਕਿ ਵਿਕਾਸ ਕੀਤਾ ਜਾ ਰਿਹਾ ਹੈ ਪਿੰਡਾਂ ਸ਼ਹਿਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਗਲੀਆਂ ਨਾਲੀਆਂ ਬਣਾਉਣ ਦੇ ਦਾਅਵੇ ਕਰ ਦਿੱਤੇ ਜਾਂਦੇ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਤਾਂ ਫਟੋਰੀਆਂ ਹੀ ਜਾਂਦੀਆਂ ਨੇ ਲੋਕਾਂ ਨੂੰ ਭਰਮਾਇਆ ਵੀ ਜਾਂਦਾ ਹੈ ਪਰ ਹੁਣ ਲੋਕਾਂ ਤੋਂ ਜਾਣਦੇ ਆ ਨੌਜਵਾਨਾਂ ਤੋਂ ਜਾਣਦੇ ਆ ਕਿ ਅਸਲ ਮਾਇਨੇ ਦੇ ਵਿੱਚ ਉਹ ਵਿਕਾਸ ਨੂੰ ਕਿਵੇਂ ਸੋਚਦੇ ਨੇ ਉਹਨਾਂ ਦੇ ਨਜ਼ਰ ਦੇ ਵਿੱਚ ਵਿਕਾਸ ਕੀ ਹੈ ਤੇ ਵਿਕਾਸ ਅਸਲ ਮਾਇਨੇ ਦੇ ਵਿੱਚ ਆਮ ਲੋਕਾਂ ਤੱਕ ਪੁੱਜ ਰਿਹਾ ਹੈ ਜਾਂ ਨਹੀਂ ਅਸੀ ਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਦਲਜੀਂਦਰ ਸਿੰਘ ਅੱਛਾ ਦਲਜੀਂਦਰ ਅਸਲ ਮਾਇਨੇ ਦੇ ਵਿੱਚ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਹਾਲਾਂਕਿ ਸਰਕਾਰਾਂ ਦਾ ਕਹਿੰਦੀਆਂ ਨੇ ਕਿ ਸੜਕਾਂ ਬਣਾ ਦਿਤੀਆਂ ਹਸਪੀਟਲ ਬਣਾ ਦਿੱਤੇ ਹੋਰ ਗਲੀਆਂ ਨਾਲੀਆਂ ਪੱਕੀਆਂ ਕਰਵਾ ਦਿੱਤੀਆਂ ਹਰ ਇੱਕ ਸੁਵਿਧਾਵਾਂ ਲੋਕਾਂ ਤੱਕ ਪੁੱਜਦੀਆਂ ਕਰ ਦਿੱਤੀਆਂ ਉਹ ਵਿਕਾਸ ਨੂੰ ਇਸ ਤਰ੍ਹਾਂ ਦੇਖਦੀਆਂ ਨੇ ਦਾਅਵੇ ਕਰਦੀਆਂ ਨੇ ਹਾਲਾਂਕਿ ਕਰਦੀਆਂ ਜਾਂ ਨਹੀਂ ਕਰਦੀਆਂ ਉਹ ਤੁਸੀਂ ਜਾਣਦੇ ਹੋਵੋਗੇ ਪਰ ਸਵਾਲ ਇਹ ਹੈ ਕਿ ਤੁਹਾਡੀ ਨਜ਼ਰ ਦੇ ਵਿੱਚ ਵਿਕਾਸ ਕੀ ਹੈ ਵਿਕਾਸ ਮਤਲਬ ਕਿ ਆਪਣੀ ਆਪਣੀ ਜਗ੍ਹਾ ਠੀਕ ਹੈ ਸਭ ਕਈ ਪਿੰਡਾਂ 'ਵਾਂ ਜੀ ਵਿਕਾਸ ਉਹ ਵੀ ਰਿਹਾ ਕਈ ਜਗ੍ਹਾ ਹੁੰਦਾ ਵੀ ਨਹੀਂ ਹੈ ਅਲੱਗ-ਅਲੱਗ ਹੈ ਸਾਰੇ ਹੀ ਤੇ ਅੱਛਾ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਕਿ ਸੜਕਾਂ ਬਣਾ ਦਿਤੀਆਂ ਗਲੀਆਂ ਨਾਲੀਆਂ ਪੱਕੀਆਂ ਕਰਾ ਦਿਤੀਆਂ ਸੁਵਿਧਾਵਾਂ ਪਿੰਡਾਂ ਤੱਕ ਪਹੁੰਚਾ ਦਿਤੀਆਂ ਸ਼ਾਇਦ ਜੋ ਅੱਜ ਆਪ ਗੱਲ ਕਰਦੇ ਆ ਕਿ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਸਾਰੀਆਂ ਸੁਵਿਧਾਵਾਂ ਮਿਲਦੀਆਂ ਨੇ ਕਿ ਉਹ ਵਿਕਾਸ ਹੈ ਜਾਂ ਫਿਰ ਲੋਕਾਂ ਦੇ ਵਿੱਚ ਅਵੇਅਰਨੈਸ ਲੋਕਾਂ ਦੇ ਵਿੱਚ ਜਾਗਰੂਕਤਾ ਲੋਕਾਂ ਦੇ ਵਿੱਚ ਸਿੱਖਿਆ ਦਾ ਪਹੁੰਚਣਾ ਲੋਕਾਂ ਦੇ ਵਿੱਚ ਸਿਹਤ ਸਹੂਲਤਾਂ ਦਾ ਪਹੁੰਚਣਾ ਕਿ ਇਹ ਵਿਕਾਸ ਹੈਗਾ ਹਾਂ ਲੋਕਾਂ ਦੇ ਵਿੱਚ ਸਹੂਲਤਾਂ ਦਾ ਪੁੱਛਣਾ ਹਾਂਜੀ ਇਹੀ ਹੈ ਅੱਛਾ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੈਗੇ ਆ ਕਕਰਾਲੀ ਤੋਂ ਜੀ ਕਕਰਾਲੀ ਤੋਂ ਬਿਲੋਂਗ ਕਰਦੇ ਆ ਕਕਰਾਲੀ ਦੇ ਵਿੱਚ ਸੁਵਿਧਾਵਾਂ ਹੈਗੀਆਂ ਨੇ ਸਾਰੀਆਂ ਹਾਂਜੀ ਹਾਂਜੀ ਕਿਹੜੀਆਂ ਕਿਡੀਆਂ ਸੁਵਿਧਾਵਾਂ ਹੈਗੀਆਂ ਜਾਂ ਕਿਸ ਤਰ੍ਹਾਂ ਦੇ ਸਰਕਾਰੀ ਤੌਰ ਤੇ ਪ੍ਰਬੰਧ ਨੇ ਤੁਹਾਡੇ ਪਿੰਡ ਦੇ ਵਿੱਚ ਪਾਣੀ ਦਾ ਹੋ ਗਿਆ ਜੀ ਸਰਕਾਰੀ ਸਕੂਲ ਹੋਰ ਪੜਾਈ ਪੜੂਈ ਗਈ ਹੈਗੇ ਜੀ ਅੱਛਾ ਸਿੱਖਿਆ ਸਿਹਤ ਦੀ ਗੱਲ ਕਰੀਏ ਸਿਹਤ ਵੀ ਬਹੁਤ ਜ਼ਰੂਰੀ ਹੈ ਸਿਹਤ ਦੇ ਲਈ ਸੁਵਿਧਾਵਾਂ ਹੈਗੀਆਂ ਨੇ ਹਾਂਜੀ ਕਿਸ ਤਰ੍ਹਾਂ ਦੀ ਸੁਵਿਧਾਵਾਂ ਨੇ ਹੁਣ ਤਾਂ ਨਹੀਂ ਹੈਗੀ ਵੈਸੇ ਅੱਛਾ ਹੁਣ ਨਹੀਂ ਹੈਗੀਆਂ ਜੀ ਬਹੁਤ ਬਹੁਤ ਧੰਨਵਾਦ ਤੇ ਹੋਰ ਨੌਜਵਾਨ ਵੀ ਮੌਜੂਦ ਨੇ ਜਾਣਦੇ ਆ ਕਿ ਇਹ ਵਿਕਾਸ ਨੂੰ ਕਿਵੇਂ ਦੇਖਦੇ ਨੇ ਤੇ ਵਿਕਾਸ ਇਹਨਾਂ ਦੀ ਨਜ਼ਰ ਦੇ ਵਿੱਚ ਹੈ ਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਸਹਿਜ ਅੱਛਾ ਸਹਿਜ ਵਿਕਾਸ ਕੇ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਵਿਕਾਸ ਕਿਸ ਤਰ੍ਹਾਂ ਜਾਂ ਕਿਹਨੂੰ ਕਹਿੰਦੇ ਨੇ ਵਿਕਾਸ ਹਾਲਾਂਕਿ ਸਰਕਾਰੀ ਦਾਅਵੇ ਤਾਂ ਤੁਸੀਂ ਵੀ ਸੁਣੇ ਨੇ ਕਿ ਗਲੀਆਂ ਨਾਲੀਆਂ ਪੱਕੀਆਂ ਕਰਾ ਦਿੱਤੀਆਂ ਸੜਕਾਂ ਕਰਾ ਦਿੱਤੀਆਂ ਅਸਲ ਮਾਇਨੇ ਦੇ ਵਿੱਚ ਵਿਕਾਸ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਆਹੀ ਹੈ ਜੀ ਬਾ ਪਿੰਡਾਂ ਦੀ ਨਾਲੀਆਂ ਨੂਲੀਆਂ ਸੜਕਾਂ ਤੇ ਹੋਰ ਸਰਕਾਰੀ ਸਕੂਲ ਤੇ ਆਹੀ ਹੈ ਬਸ ਸਾਡੇ ਪਿੰਡਾਂ 'ਚ ਤਾਂ ਹੋ ਰਿਹਾ ਹੈ ਵੀ ਟੋਬੇ ਸਾਫ ਹੋਰ ਕੁਝ ਸਾਰਾ ਕੰਮ ਹੋ ਰਿਹਾ ਜੀ ਅੱਛਾ ਹੋ ਰਿਹਾ ਤੇ ਜੋ ਅੱਜ ਹੁਣ ਕਿਉਂਕਿ ਬਰਸਾਤ ਦਾ ਮੌਸਮ ਵੀ ਹੈਗਾ ਹੈ ਕਈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਵੀ ਭਰਪੂਰ ਦੇਖਣ ਦੇ ਵਿੱਚ ਆ ਰਿਆ ਹੜਾਂ ਵਰਗੀ ਸਥਿਤੀ ਵੀ ਬਣੀ ਹੋਈ ਹੈ ਬਠਿੰਡਾ ਇੱਕ ਐਗਜ਼ਾਮਪਲ ਬਣ ਗਈ ਹੈ ਪੰਜਾਬ ਦੇ ਲਈ ਜਿੱਥੇ ਹੜ ਵਰਗੀ ਸਥਿਤੀ ਬਣੀ ਹੋਈ ਹੈ ਸਥਿਤੀ ਕੀ ਲਗਭਗ ਹੜ ਹੀ ਆਗੇ ਨੇ ਚਾਹੇ ਪ੍ਰਸ਼ਾਸਨ ਮੰਨੇ ਨਾ ਮੰਨੇ ਕਿ ਲੱਗਦਾ ਕਿ ਉਸ ਤਰ੍ਹਾਂ ਦੀਆਂ ਸਥਿਤੀਆਂ ਹੋਰ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਹੈਗੀਆਂ ਨੇ ਸਰਕਾਰੀ ਦਾਅਵਿਆਂ ਦੀ ਜਿਹੜੀਆਂ ਪੋਲ ਖੋਲ ਰਹੀਆਂ ਨੇ ਅੱਡੇ ਲੱਕੇ ਜਾਣੀ ਹੈ ਜੀ ਸਾ ਕਿਉਂਕਿ ਸਾਡੇ ਲਗ ਨਦੀ ਹੈ ਉਸ ਦੇ ਵਿੱਚ ਸੀਵਰੇਜ ਪਾਈ ਹੋਈ ਹੈ ਸਾਰਾ ਪਾਣੀ ਉਧਰ ਹੀ ਜਾ ਰਿਹਾ ਅੱਛਾ ਨਦੀ ਦਾ ਪਾਣੀ ਗੰਦਾ ਕੀਤਾ ਜਾ ਰਿਹਾ ਹੈ ਇਸ ਹਿਸਾਬ ਦੇ ਨਾਲ ਤਾਂ ਫਿਰ ਨਦੀ ਦਾ ਫਿਰ ਪਹਿਲਾਂ ਵੀ ਤਾਂ ਗੰਦਾ ਹੈ ਉਹ ਸਾਰਾ ਕੁਝ ਗੰਦਾ ਹੈ ਉਸੇ ਵਿਚਾਰ ਹੈ ਫਿਰ ਜੇ ਨਦੀ ਦਾ ਪਾਣੀ ਗੰਦਾ ਹੈਗਾ ਤਾਂ ਵਿਕਾਸ ਕਿਵੇਂ ਹੋਇਆ ਵਿਕਾਸ ਆ ਪਿੰਡ ਤੇ ਪਾਣੀ ਨਹੀਂ ਹੈ ਜੀ ਉਹ ਟੋਬਿਆਂ ਚ ਪਾਣੀ ਜਾ ਰਿਹਾ ਸਟੋਬੇ ਸਾਫ ਕਰਾਏ ਜਾ ਰਹੇ ਸਾਰਾ ਟੋਬੇ ਚ ਪਾਣੀ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਹੋਰ ਨੌਜਵਾਨ ਵੀ ਮੌਜੂਦ ਨੇ ਜਾਣਦੇ ਆ ਕਿ ਉਹ ਵਿਕਾਸ ਨੂੰ ਕਿਵੇਂ ਦੇਖਦੇ ਨੇ ਜਾਂ ਵਿਕਾਸ ਅਸਲ ਮਾਇਨੇ ਦੇ ਵਿੱਚ ਉਹਨਾਂ ਦੀ ਨਜ਼ਰ ਦੇ ਵਿੱਚ ਹੈ ਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਸਿੰਘ अच्छा गुरविंदर ਜਿਵੇਂ ਸਰਕਾਰੀ ਦਾਅਵੇ ਹੁੰਦੇ ਨੇ ਕਿ ਲੋਕਾਂ ਤੱਕ ਸੁਵਿਧਾਵਾਂ ਪੁੱਜਦੀਆਂ ਕਰ ਦਿੱਤੀਆਂ ਨੇ ਵਿਕਾਸ ਕੀਤਾ ਜਾ ਰਿਹਾ ਹੈ ਵਿਕਾਸ ਦੇ ਨਾਅ ਦੇ ਉੱਤੇ ਵੋਟਾਂ ਵਟੋਰੀਆਂ ਜਾ ਰਹੀਆਂ ਨੇ ਕੋਈ ਕਹ ਰਿਹਾ ਕਿ ਕਾਂਗਰਸ ਨੇ ਵਿਕਾਸ ਕੀਤਾ ਹੈ ਕੋਈ ਕਹ ਰਿਹਾ ਕਿ ਅਕਾਲੀ ਦਲ ਨੇ ਵਿਕਾਸ ਕੀਤਾ ਕੋਈ ਕਹ ਰਿਹਾ ਕਿ ਭਾਜਪਾ ਨੇ ਵਿਕਾਸ ਕੀਤਾ ਇਹ ਦਾਅਵੇ ਸਿਆਸਦਾਨਾਂ ਦੇ ਨੇ ਅਸਲ ਮਾਇਨੇ ਦੇ ਵਿੱਚ ਤੁਹਾਡੇ ਤੱਕ ਵਿਕਾਸ ਪੁੱਜਿਆ ਜਾਂ ਤੁਸੀਂ ਵਿਕਾਸ ਨੂੰ ਕਿਵੇਂ ਦੇਖਦੇ ਆ ਵਿਕਾਸ ਹੋ ਰਿਹਾ ਜੀ ਥੋੜਾ ਥੋੜਾ ਹੋ ਰਿਹਾ ਸਾਰੇ ਨ ਕਰਿਆ ਕਾਲੀ ਨੇ ਵੀ ਕਰਿਆ ਕਾਂਗਰਸ ਨੇ ਵੀ ਕਰ ਹਮ ਅਸਲ ਮੈਨੇ ਤੇ ਹੈਕ ਕੀ ਵਿਕਾਸ ਜੇ ਤਾ ਤੁਮੇ ਜਾਣਾ ਨਿੱਜੀ ਤੌਰ ਤੇ ਤੁਸੀਂ ਵਿਕਾਸ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਮਤਲਬ ਤੁਹਾਡੇ ਅਕੋਰਡਿੰਗਲੀ ਵਿਕਾਸ ਕੀ ਹੈ ਪਿੰਡ ਦੀ ਸਹੂਲਤਾਂ ਬਿਜਲੀ ਦਾ ਪ੍ਰਬੰਧ ਪਾਣੀ ਹੋਰ ਸਾਰੀ ਚੰਗੀ ਚੀਜ਼ਾਂ ਖਾਣੇ ਚੀਜ਼ਾਂ ਅੱਛਾ ਜੋ ਵੀ ਮੋਡਲੀਆਂ ਸਹੂਲਤਾਂ ਇੱਕ ਜ਼ਿੰਦਗੀ ਦੇ ਲਈ ਜ਼ਰੂਰੀ ਨੇ ਉਹਨਾਂ ਤੁਸੀਂ ਵਿਕਾਸ ਦੱਸ ਰਹੇ ਹੋ ਜਿਸ ਦੇ ਵਿੱਚ ਚਾਹੇ ਖਾਣੇ ਤੋਂ ਲੈ ਕੇ ਪਹਿਨਣ ਤੱਕ ਜਾਂ ਰਹਿਣ ਸਹਿਣ ਬਿਜਲੀ ਦੇ ਪ੍ਰਬੰਧ ਪਾਣੀ ਦੇ ਪ੍ਰਬੰਧ ਇਹਨਾਂ ਸਾਰੀਆਂ ਚੀਜ਼ਾਂ ਦੇ ਮੁਕੰਮਲ ਪ੍ਰਬੰਧਾਂ ਨੂੰ ਤੁਸੀਂ ਵਿਕਾਸ ਦੱਸ ਰਹੇ ਹੈਗੇ ਹਾਂ ਜੀ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਸਹੂਲਤਾਂ ਇੱਕ ਜ਼ਿੰਦਗੀ ਦੇ ਲਈ ਚਾਹੇ ਆਪਾਂ ਸਹੂਲਤਾਂ ਦੀ ਗੱਲ ਕਰ ਰਹੇ ਹਾਂ ਜੋ ਸੁਖ ਭਰੀ ਜ਼ਿੰਦਗੀ ਹੈਗੀ ਉਹਦੇ ਲਈ ਵਿਕਾਸ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਪਿੰਡਾਂ માં ਜ਼ਰੂਰੀ ਹੈ ਨੌਜਵਾਨਾਂ ਵਾਸਤੇ ਸਭ ਕੁਝ ਕਰਨਾ ਜਿਵੇਂ ਮੋਹਣ ਚ ਖੇਡਣੇ ਦਾ ਪ੍ਰਬੰਧ ਹੋਣਾ ਚਾਹੀਦਾ ਪਿੰਡਾਂ માં ਸਕੂਲ ਹੋਣਾ ਚਾਹੀਦਾ ਜੀ ਦੀ ਬਹੁਤ ਬਹੁਤ ਧੰਨਵਾਦ ਸੋ ਇਹ ਸੰਨ ਪੰਜਾਬ ਦੇ ਕੁਝ ਨੌਜਵਾਨ ਜਿਨ੍ਹਾਂ ਨੂੰ ਅਸੀਂ ਪੁੱਛਿਆ ਕਿ ਅਸਲ ਮਾਇਨੇ ਦੇ ਵਿੱਚ ਵਿਕਾਸ ਕੀ ਹੈ ਸਰਕਾਰੀ ਦਾਅਵੇ ਹੁੰਦੇ ਨੇ ਕਿ ਪਿੰਡਾਂ ਸ਼ਹਿਰਾਂ ਦਾ ਵਿਕਾਸ ਕੀਤਾ ਜਾ ਰਿਹਾ ਗਲੀਆਂ ਨਾਲੀਆਂ ਬਣਾਈਆਂ ਜਾ ਰਹੀਆਂ ਨੇ ਪਰ ਅਸਲ ਮਾਇਨੇ ਦੇ ਵਿੱਚ ਇਹ ਵਿਕਾਸ ਪਿੰਡਾਂ ਤੱਕ ਪੁੱਜ ਰਿਹਾ ਅਸਲ ਮਾਇਨੇ ਦੇ ਵਿੱਚ ਵਿਕਾਸ ਸ਼ਹਿਰਾਂ ਤੱਕ ਪੁੱਜ ਰਿਹਾ ਤੇ ਅਸਲ ਮਾਇਨੇ ਦੇ ਵਿੱਚ ਉਹ ਸਰਕਾਰੀ ਦਾਅਵੇ ਆਮ ਲੋਕਾਂ ਤੱਕ ਪੁੱਜ ਰਹੇ ਨੇ ਜਿਨ੍ਹਾਂ ਦੇ ਵਿੱਚ ਵਿਕਾਸ ਕਰਨ ਦੇ ਨਾਂ ਦੇ ਉੱਤੇ ਵੋਟਾਂ ਵਟੋਰੀਆਂ ਜਾਂਦੀਆਂ ਨੇ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਤਾ ਦੇ ਵਿੱਚ ਤੇ ਵਿਕਾਸ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਪਰ ਸਰਕਾਰੀ ਦਾਅਵੇ ਕਹਿੰਦੇ ਨੇ ਕਿ ਵਿਕਾਸ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਵਿਕਾਸ ਦੇ ਮੁੱਦੇ ਗਿਣਾਏ ਜਾਂਦੇ ਨੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਅਸਲ ਮਾਇਨੇ ਦੇ ਵਿੱਚ ਵਿਕਾਸ ਕੀ ਹੈ ਆਮ ਲੋਕਾਂ ਤੱਕ ਵਿਕਾਸ ਕਿੰਨਾ ਕ ਪਹੁੰਚਿਆ ਤੇ ਨੌਜਵਾਨ ਵਿਕਾਸ ਨੂੰ ਲੈ ਕੇ ਕੀ ਸੋਚਦੇ ਨੇ ਗੱਲਬਾਤ ਕਰਦੇ ਹਾਂ ਤੇ ਨੌਜਵਾਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਵਿਕਾਸ ਕੀ ਹੈ ਹਾਲਾਂਕਿ ਸਰਕਾਰੀ ਦਾਅਵੇ ਵਿਕਾਸ ਨੂੰ ਕਾਫੀ ਵਿਧਾ ਚੜਾ ਦਿੰਦੇ ਨੇ ਪਰ ਅਸਲ ਮਾਇਨੇ ਦੇ ਵਿੱਚ ਪਿੰਡਾਂ ਤੱਕ ਸ਼ਹਿਰਾਂ ਤੱਕ ਵਿਕਾਸ ਕਿਨਾਂ ਕ ਪਹੁੰਚਿਆ ਨੌਜਵਾਨ ਵਿਕਾਸ ਨੂੰ ਲੈ ਕੇ ਕੀ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਮੈਂ ਤੁਹਾਡਾ ਸੁਖਜੀਤ ਸਿੰਘ ਜੀ ਅਕਸਰ ਸੋਕਦੇ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਨਜ਼ਰ ਦੇ ਵਿੱਚ ਵਿਕਾਸ ਕੀ ਹੈ ਵਿਕਾਸ ਕਿਹਨੂੰ ਕਹਿੰਦੇ ਨੇ ਹਾਲਾਂਕਿ ਸਰਕਾਰੀ ਦਾਅਵੇ ਬਹੁਤ ਹੁੰਦੇ ਨੇ ਤੇ ਵਿਕਾਸ ਕਰਾਉਣ ਦੇ ਵੀ ਦਾਅਵੇ ਕੀਤੇ ਜਾਂਦੇ ਨੇ ਤੇ ਜੇਕਰ ਵੱਡੀਆਂ-ਵੱਡੀਆਂ ਪਾਰਟੀਆਂ ਦੇ ਵੱਡੇ-ਵੱਡੇ ਨੁਮਾਇੰਦਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਉਹ ਵਿਕਾਸ ਨੂੰ ਕੁਝ ਵੱਖਰੀ ਨਜ਼ਰ ਦੇ ਨਾਲ ਪੇਸ਼ ਕਰ ਦਿੰਦੇ ਨੇ ਪਰ ਤੁਹਾਡੀ ਨਜ਼ਰ ਦੇ ਵਿੱਚ ਵਿਕਾਸ ਕੀ ਹੈ ਤੁਹਾਡੀ ਨਜ਼ਰ ਦਾ ਵਿਕਾਸ ਤਾਂ ਇਹ ਹੈ ਜੀ ਬਾਈ ਸਾਰੇ ਮਤਲਬ ਜਿਵੇਂ ਕਿ ਉੱਥੇ ਕਈ ਵਾਰ ਪਾਣੀ ਪੂਣੀ ਨਹੀਂ ਪਹੁੰਚਦਾ ਜੀ ਉੱਥੇ ਪਿੰਡਾਂ ਪੁੰਡਾਂ ਵਾਂ ਇਹ ਪਾਣੀ ਵੀ ਪਹੁੰਚਣਾ ਚਾਹੀਦਾ ਹੋਏ ਕਈ ਵਾਰ ਕਿਸਾਨ ਹਾਤਾ ਮੁੱਤਿਆ ਕਰ ਰਹੇ ਆ ਜੀ ਇਹਦੇ ਕਰਕੇ ਜੀ ਫਿਰ ਬਹੁਤ ਨੁਕਸਾਨ ਹੁੰਦਾ ਜੀ ਨਾਲੇ ਇਹ ਨਾਲ ਅਨੁਨ ਵੀ ਘਟਦਾ ਜੀ ਵਿਕਾਸਤਾ ਜੀ ਜਿਵੇਂ ਉਹਨੇ ਪਾਣੀ ਪੋਣੀ ਪਹਯਾਉ ਕਿਸਾਨਾਂ ਤੱਕ ਜੀ ਤਾਂ ਕਿ ਉਹ ਮਤਲਬ ਫਸਲ ਫਸਲ ਨੂੰ ਵਧੀਆ ਦਵੇ ਰਹਾਤਾ ਉੱਥੇ ਉਹ ਨਾ ਕਰੇ ਅੱਛਾ ਤੁਸੀਂ ਕਹਿ ਰਹੇ ਹੈਗੇ ਕਿ ਪਿੰਡਾਂ ਦੀਆਂ ਕੋਈ ਸਮੱਸਿਆਵਾਂ ਗੁਣਵਾਈਆਂ ਵਿਕਾਸ ਨੂੰ ਲੈ ਕੇ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੁੰਦੀਆਂ ਬਿਲਕੁਲ ਜੇ ਵਿਕਾਸ ਹੁੰਦਾ ਤਾਂ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਕਿ ਜੇ ਕਿਸਾਨ ਸੰਤੁਸ਼ਟ ਹੁੰਦਾ ਤਾਂ ਖੁਦਕੁਸ਼ੀਆਂ ਕਿਉਂ ਹੁੰਦੀਆਂ ਪਰ ਦੂਜਾ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਪਿੰਡਾਂ ਦੀ ਗੱਲ ਕੀਤੀ ਤਾਂ ਪਿੰਡਾਂ ਦੇ ਵਿੱਚ ਸੁਵਿਧਾਵਾਂ ਹੈਗੀਆਂ ਨੇ ਸਾਰੀਆਂ ਸੁਵਿਧਾਵਾਂ ਪਿੰਡਾਂ ਦੇ ਲੋਕਾਂ ਤੱਕ ਪੁੱਜ ਰਹੀਆਂ ਨੇ ਜਾਂ ਫਿਰ ਅਜੇ ਵੀ ਪਿੰਡਾਂ ਦੇ ਵਿੱਚ ਲੋਕ ਜਿਹੜੇ ਉਹ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਹੇ ਹਨ ਉਹਨਾਂ ਨੂੰ ਇਹ ਤਾਂ ਹੀ ਪਤਾ ਨਹੀਂ ਹੁਣ ਮੈਂ ਪਿੰਡਾਂ ਵਾਲਾ ਹਾਂ ਨੇ ਜੀ ਇਸ ਕਰਕੇ ਜਿੱਥੇ ਆ ਕੇ ਲੱਗਦਾ ਇਹ ਖਬਰਾਂ ਸੁਣਦੇ ਆ ਜੀ ਅਸੀਂ ਅਖਬਾਰਾਂ ਖਬਰਾਂ ਵਾ ਬਹੁਤ ਸਮੱਸਿਆਵਾਂ ਹੁੰਦੇ ਆ ਇਹਨਾਂ ਦੇ ਮਤਲਬ ਵਿਕਾਸ ਮਤਲਬ ਪਹੁੰਚ ਨਹੀਂ ਰਿਹਾ ਸੋ ਵੀ ਦਾ ਚੰਗੀ ਤਰ੍ਹਾਂ ਪਹੁੰਚ ਨਹੀਂ ਰਹੀ ਆ ਜੀ ਉੱਥੇ ਤੱਕ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਜਸ਼ਨਦੀਪ ਸਿੰਘ ਅੱਛਾ ਜਸ਼ਨ ਵਿਕਾਸ ਕਿ ਨੂੰ ਕਹਿੰਦੇ ਨੇ ਵਿਕਾਸ ਜੇ ਕਿਸੇ ਵੀ ਹੁਣ ਜ਼ਿਲ੍ਹਾ ਹੋ ਗਿਆ ਡਿਵੈਲਪਮੈਂਟ ਹੋ ਗਿਆ ਕਿਸੇ ਵੀ ਏਰੀਆ 'ਚ ਉਹ ਦਰਅਸਲ ਉਹਨੂੰ ਵਿਕਾਸ ਕਹਿੰਦੇ ਆ ਤੇ ਉਹ ਪਰ ਤੁਹਾਡੀ ਨਜ਼ਰ ਵਿੱਚ ਵਿਕਾਸ ਕੀ ਹੈ ਵਿਕਾਸ ਇਹ ਕਿਸੇ ਵੀ ਮਤਲਬ ਆਪਣਾ ਹੋਵੇ ਜੀ ਮਤਲਬ ਮੈਂ ਮੇਰੇ ਪੁੱਛਣ ਦਾ ਇਹ ਮਤਲਬ ਆ ਕਿ ਜਿਵੇਂ ਵਿਕਾਸ ਨੂੰ ਤੁਸੀਂ ਕਿਹੜੀ ਚੀਜ਼ ਦੇ ਨਾਲ ਜੋੜਦੇ ਹੋ ਮਤਲਬ ਤੁਹਾਡੇ ਅਕੋਰਡਿੰਗਲੀ ਵੀ ਕਿਹੜੀ ਚੀਜ਼ ਦਾ ਹੋਣਾ ਜਾਂ ਕਿਸ ਤਰ੍ਹਾਂ ਦੀਆਂ ਤਰੱਕੀਆਂ ਹੋਣੀਆਂ ਉਹਨੂੰ ਵਿਕਾਸ ਤੁਸੀਂ ਗਿਣਦੇ ਹੋ ਮੈਂ ਤਾਂ ਜੀ ਹੁਣ ਅਸੀਂ ਕਿਸੇ ਵੀ ਜਾਣੇ ਲਗਭਗ ਸਾਰੇ ਹੀ ਜਾਂਦੇ ਆ ਕਿ ਉਹ ਰੋਡ ਹੋ ਗਿਆ ਹੁਣ ਅਸੀਂ ਕਿਤੇ ਵੀ ਆਂ ਖਰੜ ਵਾਲਾ ਰੋਡ ਦੇਖ ਲਓ ਫਲਾਈਓਵਰ ਬਣਦਾ ਹੈ। ਕੀ ਫਾਇਦਾ 2 ਘੰਟੇ ਲਾ ਜਾਂਦੇ ਸਾਨੂੰ ਰੋਪੜ ਪੁੱਜਣ ਨੂੰ ਹੀ ਬਲਕਿ ਹਾ ਕਿੰਨਾ ਕਿਲੋਮੀਟਰ 36 ਕਿਲੋਮੀਟਰ ਰੋਪੜ ਹੈ। ਹੋਰ ਸਾਨੂੰ 2-3 ਘੰਟੇ ਲੱਗ ਜਾਂਦੇ ਕੀ ਫਾਇਦਾ ਹੈ ਏਦੇ ਵਿਕਾਸ ਦਾ? ਉੱਪਰ ਪੁਲ ਬੰਦ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਥੱਲੇ ਵਾਲੀ ਕੰਟਰਕਸ਼ਨ ਪੂਰੀ ਕਰ ਲਓ ਬਾਅਦ ਵਿੱਚ ਉੱਪਰ ਬਣਾਇਓ। ਜੇ ਥੱਲੇ ਹੀ ਨਹੀਂ ਪੂਰਾ ਹੈਗਾ ਥੱਲੇ ਆਂ ਤਾਂ ਦਾ ਪਾਣੀ ਖੜਾ ਉਹ ਕਾਹਦਾ ਵਿਕਾਸ ਹੋਇਆ ਜੀ? ਤੁਸੀਂ ਅੱਛਾ ਕਿਦਨੇ ਕਿਤੇ ਤੁਸੀਂ ਇਹ ਕਹਿਣਾ ਚ ਜਿਹੜੀ ਤਰਤੀਬ ਦੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਇਕੱਠੇ ਕੰਮ ਸ਼ੁਰੂ ਕਰ ਦਿੱਤਾ ਜੀ ਇਕੱਠਾ ਹੀ ਕੰਮ ਸ਼ੁਰੂ ਕਰ ਦਿੱਤਾ ਉਹੀ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਵਿਕਾਸ ਕਿੰਨਾ ਕੁ ਹੋ ਰਿਹਾ ਹੈ ਤੁਸੀਂ ਵਿਕਾਸ ਨੂੰ ਕਿਸ ਨਜ਼ਰ ਦੇ ਨਾਲ ਦੇਖ ਰਹੇ ਹੋ ਤੇ ਵਿਕਾਸ ਦੇ ਲਈ ਕੀ ਕੁਝ ਹੋਣਾ ਜ਼ਰੂਰੀ ਹੈ ਪਿੰਡਾਂ ਤੱਕ ਅੱਛਾ ਜੀ ਤੇ ਪਿੰਡਾਂ ਵਿੱਚ ਲਗਭਗ ਗਲੀਆਂ ਸਾਡੇ ਤਾਂ ਹੁਣ ਹੈਗਾ ਮਤਲਬ ਸਾਰਾ ਕੁਝ ਪਰ ਹੁਣ ਅਸੀਂ ਕਿਸੇ ਵੀ ਸਰਕਾਰੀ ਦਫ਼ਤਰ ਜਾਂਦੇ ਹਾਂ ਉੱਥੇ ਹਰੇਕ ਚੀਜ਼ ਨੂੰ ਟਾਈਮ ਬਹੁਤ ਲੱਗਦਾ ਹੈ ਹੁਣ ਕੋਈ ਵੀ ਚੀਜ਼ ਹੁਣ ਆਪਣਾ ਪੈਨਸ਼ਨ ਲੱਗਦੀ ਹੈ ਕਹਿੰਦੇ ਬੁਢਾਪਾ ਪੈਨਸ਼ਨ ਜਿਹੜੀ ਹਾਂ ਜੀ ਬੁਢਾਪਾ ਪੈਨਸ਼ਨ ਉਹਨੂੰ ਅਸੀਂ ਸਰਕਾਰੀ ਕਿਤੇ ਵੀ ਜਾਂਦੇ ਆ ਕਹਿੰਦੇ ਪੋਸਟ ਆਫਿਸ ਕਰਾਣੀ ਹੈ ਕਿੱਥੇ ਵੀ ਕਰਾਣੀ ਹੈ ਤਾਂ ਉਹਨੂੰ ਟਾਈਮ ਬੜਾ ਲੱਗਦਾ ਹੈ ਜੀ ਜਿਵੇਂ ਤੁਹਾਨੂੰ ਵੀ ਪਤਾ ਸਾਰੇ ਇਹੀ ਸਮੱਸਿਆ ਹੈ ਕਿ ਟਾਈਮ ਦੀ ਕਿ ਮਤਲਬ ਛੇਤੀ ਛੇਤੀ ਕੰਮ ਨਹੀਂ ਹੁੰਦਾ ਕੋਈ ਵੀ ਕੋਈ ਕਹਿੰਦਾ ਘੰਟੇ ਬਾਅਦ ਆਉਂਦਾ ਕੋਈ 2 ਘੰਟੇ ਬਾਅਦ ਕਦੇ ਪਟਵਾਰੀ ਨਹੀਂ ਮਿਲਦਾ ਕਦੇ ਕੋਈ ਨਹੀਂ ਮਿਲਦਾ ਇਹ ਚੱਕਰ ਪੈ ਜਾਂਦਾ ਜੀ ਕਿਤਨਾ ਕਿਤੇ ਤੁਸੀਂ ਕਹਿ ਰਹੇ ਹੋ ਕਿ ਜੋ ਸਰਕਾਰੀ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਿਕਾਸ ਉਸ ਹਿੱਸੇ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਸਰਕਾਰੀ ਦਫ਼ਤਰਾਂ ਦਾ ਵਿਕਾਸ ਹੋਣਾ ਚਾਹੀਦਾ ਕੰਮ ਦੇ ਪ੍ਰਤੀ ਹਾਲਾਂਕਿ ਏਸੀ ਜਾਂ ਹੋਰ ਸਹੂਲਤਾਂ ਦਾ ਸਰਕਾਰੀ ਦਫ਼ਤਰਾਂ ਦੇ ਵਿੱਚ ਖੂਬ ਨੇ ਖੂਬ ਨੇ ਹਾਂ ਜੀ ਹਾਂ ਜੀ ਏਸੀ ਯੂਸੀ ਤਾਂ ਲੱਗਿਆ ਰਹਿੰਦਾ ਜੀ ਪਰ ਆਹ ਵਾਲਾ ਕੰਮ ਹੈ ਨਾ ਜਿਹੜਾ ਮਤਲਬ ਕਹਿਣ ਦਾ ਕਿ ਟਾਈਮ ਨਹੀਂ ਮਿਲਦਾ ਇਹਨਾਂ ਕੋਲੋਂ ਕਸੀ ਵੀ ਕਿਤੇ ਜਾਣੇ ਆ ਮਤਲਬ ਪਟਵਾਰੀ ਕੋ ਹੁਣ ਮੈਂ ਗਿਆ ਸੀਗਾ ਆਪਣਾ ਪਿਛਲੇ ਹਫਤੇ ਪਟਵਾਰੀ ਨੇ ਮਿਲਿਆ ਉਹ ਕਹਿੰਦੇ ਸ਼ਾਮ ਨੂੰ ਆ ਸ਼ਾਮ ਨੂੰ ਪਟਵਾਰੀ ਹੁਣੇ ਘਰ ਨੂੰ ਚਲ ਗਿਆ ਉਹਦਾ ਕੀ ਬਾਰੇ ਜੀ ਬਹੁਤ ਬਹੁਤ ਧੰਨਵਾਦ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਕਿਤਨਾ ਕਿਤੇ ਇਹਨਾਂ ਨੇ ਵਿਕਾਸ ਨੂੰ ਲੈ ਕੇ ਕਈ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਸਰਕਾਰੀ ਦਫ਼ਤਰਾਂ ਤੋਂ ਲੈ ਕੇ ਪਿੰਡਾਂ ਤੱਕ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਇਹਨਾਂ ਨੇ ਹੱਲ ਕਰਨ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਇਹ ਕਹਿ ਰਹੇ ਨੇ ਕਿ ਜੇ ਇਹ ਮੁਸ਼ਕਲਾਂ ਹੱਲ ਹੋਣਗੀਆਂ ਤਾਂ ਹੀ ਜਿਹੜਾ ਵਿਕਾਸ ਹੈ ਉਹ ਸੰਭਵ ਹੋਵੇਗਾ ਤੇ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਕਿ ਵਿਕਾਸ ਨੂੰ ਲੈ ਕੇ ਉਹ ਕੀ ਸੋਚਦੇ ਨੇ ਪਿੰਡ ਦੇ ਵਿਕਾਸ ਦੀ ਗੱਲ ਕਰ ਰਹੇ ਆ ਤੇ ਕੁਝ ਬਜ਼ੁਰਗ ਵੀ ਪਿੰਡ ਦੇ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਕਿ ਕਿੰਨਾ ਕੁ ਵਿਕਾਸ ਪਿੰਡ ਤੱਕ ਪਿੰਡ ਤੱਕ ਪੁੱਜਿਆ ਹੈ ਜਾਂ ਉਹਨਾਂ ਨੂੰ ਵਿਕਾਸ ਨੂੰ ਲੈ ਕੇ ਕਿੰਨਾ ਕੁ ਸੰਘਰਸ਼ ਕਰਨਾ ਪੈ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਨਿਰਮਲ ਸਿੰਘ ਅੱਛਾ ਨਿਰਮਲ ਜੀ ਜੇਕਰ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਵਿੱਚ ਵਿਕਾਸ ਕਿੰਨਾ ਕੁ ਹੈਗਾ ਸਰਕਾਰੀ ਦਾਅਵੇ ਅਨੁਸਾਰ ਕਿੰਨਾ ਕੁ ਵਿਕਾਸ ਕਰ ਦਿੱਤਾ ਪਿੰਡ ਦਾ ਵਕਾ ਜੀ ਕੋਈ ਨਹੀਂ ਕਰਦਾ ਸਭ ਨਾਲੀਆਂ ਪੱਪਰੀਆਂ ਪਈਆਂ ਕੋਈ ਨਾਲੀਆਂ ਨਹੀਂ ਕਢਾਉਂਦਾ ਕੋਈ ਗਲੀਆਂ ਨਹੀਂ ਪਾਣੀ ਖੜੇ ਆ ਬੀ ਬਹੁਤ ਬੁਰਾ ਹਾਲ ਆ ਪਿੰਡ ਦਾ ਵੀ ਪੰਚਾਇਤ ਕੋਈ ਕੰਮ ਨਹੀਂ ਕਰਦੀ ਜਿੱਦਣ ਦੀ ਬਣੀ ਐ ਅੱਛਾ ਨਾਲ ਦੀ ਨਾਲ ਇਹ ਦਾਅਵੇ ਵੀ ਕੀਤੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਕਹਿੰਦਾ ਕਿ ਵਿਕਾਸ ਕੀਤਾ ਜਾ ਰਿਹਾ ਸਕੂਲ ਬਣਾਏ ਜਾ ਰਹੇ ਨੇ ਵੱਡੀਆਂ-ਬੱਡੀਆਂ ਬਿਲਡਿੰਗਾਂ ਬਣ ਗਈਆਂ ਸੜਕਾਂ ਬਣ ਗਈਆਂ ਬੰਬ ਵਰਗੀਆਂ ਸੜਕਾਂ ਵੀ ਕਿਹਾ ਜਾਂਦਾ ਅੱਜ ਕੱਲ ਤਾਂ ਪਰ ਲੱਗਦਾ ਕਿ ਪਿੰਡ ਦੇ ਵਿੱਚ ਬੰਬ ਵਰਗੀਆਂ ਸੜਕਾਂ ਹੈਗੀਆਂ ਨਹੀਂ ਨਹੀਂ ਜੀ ਨਹੀਂ ਕਿਤੇ ਕੋਈ ਸੜਕ ਨਹੀਂ ਸਭ ਟੁੱਟੀਆਂ ਪਈਆਂ ਵੀ ਲਿੰਕ ਰੋਡ ਸਭ ਟੁੱਟੇ ਪਈਆਂ ਪਿੰਡ ਦੀਆਂ ਫਿਰਨੀਆਂ ਸਭ ਪਾਣੀ ਖੜੇ ਆ ਗੋਡੇ-ਗੋਡੇ ਨਾ ਕੋਈ ਗੱਡੀ ਲੰਘਦੀ ਐ ਨਾ ਕੋਈ ਕੁਸ ਬਹੁਤ ਬੁਰਾ ਹਾਲ ਜੀ ਬਹੁਤ ਬਹੁਤ ਧੰਨਵਾਦ ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਪਰ ਇਸ ਨੂੰ ਲੈ ਕੇ ਲੋਕਾਂ ਦੇ ਕਾਫੀ ਪ੍ਰतिकਰਮ ਵੀ ਸਾਹਮਣੇ ਆਏ ਨੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਸਿਰਫ ਸਿਰਫ ਜਿਹੜੇ ਸਰਕਾਰੀ ਦਾਅਵੇ ਕੀਤੇ ਜਾਂਦੇ ਨੇ ਸਟੇਜਾਂ ਦੇ ਉੱਤੇ ਖੜ ਕੇ ਦਾਅਵੇ ਕੀਤੇ ਜਾਂਦੇ ਨੇ ਪਰ ਇਹਨਾਂ ਦਾਅਵਿਆਂ ਦੇ ਵਿਚਕਾਰ ਅਸਲ ਮੈਨੇ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਵਿਕਾਸ ਕਿਸੇ ਤੱਕ ਵੀ ਨਹੀਂ ਪੁੱਜਿਆ ਦੇ ਪਿੰਡਾਂ ਦੇ ਲੋਕਾਂ ਦੇ ਵਿਕਾਸ ਨੂੰ ਲੈ ਕੇ ਕਿਹਾ ਹੈ ਕਿ ਵਿਕਾਸ ਉਹ ਨਹੀਂ ਜੋ ਸਟੇਜਾਂ ਦੇ ਉੱਤੇ ਖੜ ਕੇ ਬੋਲਿਆ ਜਾਂਦਾ ਵਿਕਾਸ ਉਹ ਹੈ ਜੋ ਧਰਤੀ ਦੇ ਉੱਤੇ ਗਰਾਊਂਡ ਲੈਵਲ ਦੇ ਉੱਤੇ ਪਿੰਡਾਂ ਸ਼ਹਿਰਾਂ ਦੇ ਲੋਕਾਂ ਤੱਕ ਪੁੱਜੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਸੁਵਿਧਾਵਾਂ ਦਾ ਜਿਹੜਾ ਹੈ ਫਾਇਦਾ ਹੋਵੇ ਉਹਨਾਂ ਤੱਕ ਸੁਵਿਧਾਵਾਂ ਪੁੱਜੇ ਸੋ ਅੱਜ ਦੇ ਪੰਜਾਬ ਬੋਲ ਦਾ ਦੇ ਵਿੱਚ ਬੱਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਅਗਿਆ ਧੰਨਵਾਦ